ਕਰਦੀ ਹੋਈ ਸਵੇਰੇ ਅੱਜ ਯੂਜ਼ਰ ਜਿਸ ਤਰ੍ਹਾਂ ਮੈਂ ਰੂਟੀਨ ਵਾਈਜ਼ ਜਾਣੀ ਜੌਬ ਤੇ 9:30 ਵਜੇ ਮੈਂ ਗਈ ਆ ਨਿਕਲੀ ਘਰੋਂ ਔਰ ਲੋਕ ਲਗਾ ਕੇ ਗਈ ਸੀ ਅਲਮਾਰੀ ਨੂੰ ਵੀ ਔਰ ਘਰ ਨੂੰ ਵੀ ਸਾਰੇ ਨੂੰ ਤੇ ਜਦੋਂ ਮੈਂ ਸ਼ਾਮੀ ਆਈ ਘਰ ਦੇ ਅੰਦਰ ਤੇ ਆ ਕੇ ਮੈਂ ਦੇਖਿਆ ਵੀ ਬਾਹਰਲਾ ਮੇਨ ਗੇਟ ਦਾ ਤਾਲਾ ਲੱਗਾ ਹੋਇਆ ਸੀ ਪਰ ਅੰਦਰ ਦੀ ਲਾਈਟਸ ਔਨ ਦੇਖ ਕੇ ਤੇ ਮੈਂ ਇਹੀ ਪਰੇਸ਼ਾਨ ਕਿ ਲਾਈਟਸ ਕਿੰਨੇ ਔਨ ਕੀਤੀਆਂ ਨੇ ਵੀ ਸ਼ਾਇਦ ਕੋਈ ਮੇਰਾ ਗੈਸਟ ਆਇਆ ਜਿਹੜਾ ਮੈਨੂੰ ਸਰਪ੍ਰਾਈਜ਼ ਦੇਣ ਵਾਸਤੇ ਪਰ ਜਦੋਂ ਮੈਂ ਆਪਣਾ ਡਰਾਇੰਗ ਰੂਮ ਦਾ ਦਰਵਾਜ਼ਾ ਜਾਲੀ ਵਾਲਾ ਦੇਖਿਆ ਉਹ ਵੀ ਖੁੱਲ੍ਹਾ ਸੀਗਾ ਅਤੇ ਔਰ ਮੈਂ ਸਿੱਧੀ ਅੰਦਰ ਆਈ ਔਰ ਮੈਂ ਅੰਦਰ ਦਰਵਾਜ਼ੇ ਦੇ ਵਿੱਚੋਂ ਸਿਰਫ ਅੰਦਰ ਝਾਤੀ ਮਾਰੀ ਹੈ ਅਤੇ ਦੇਖਿਆ ਅਲਮਾਰੀ ਖੁੱਲ੍ਹੀ ਪਈ ਹੈ ਅਤੇ ਉੱਥੋਂ ਮੈਨੂੰ ਪਤਾ ਲੱਗ ਗਿਆ ਕਿ ਕੁਛ ਨਾ ਕੁਛ ਗੜਬੜ ਹੋਈ ਹੈ ਸਾਰੇ ਕੱਪੜੇ ਮੇਰੇ ਬਾਹਰ ਗਿਰੇ ਪਏ ਸੀ ਸਾਰਾ ਸਮਾਨ ਬਾਹਰ ਖਿਲਰੇ ਪਏ ਸੀ ਅੱਗੇ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਮੇਰਾ ਲੋਕਰ ਲੋਕਰ ਸਭ ਖੁੱਲ੍ਹਾ ਪਿਆ ਸੀਗਾ ਔਰ ਸਾਰਾ ਸਮਾਨ ਵਿੱਚੋਂ ਗਾਇਬ ਸੀਗਾ ਇਸ ਟਾਈਮ ਤੇ ਮੇਰਾ ਇੱਕ ਸੈੱਟ ਗਿਆ ਵਾ ਵੱਡਾ ਵਾਲਾ ਅਤੇ 3 ਬੈਂਗਲਸ ਗਈਆਂ ਨੇ ਔਰ ਇੱਕ ਡਾਇਮੰਡ ਰਿੰਗ ਹੈ ਔਰ ਬਾਕੀ ਝੁਮਕੇ 1-2 ਟੋਪਸ ਨੇ ਛੋਟੇ ਵਾਲੇ ਡੇਲੀ ਰੂਟੀਨ ਵਾਲੇ ਟੋਪਸ ਉਹ ਗਏ ਨੇ ਕਿਸੇ ਦਾ ਕੋਈ ਸ਼ੱਕ ਨਹੀਂ ਸ਼ੱਕ ਕਿਸੇ 'ਤੇ ਨਹੀਂ ਮੈਨੂੰ ਕਿਉਂਕਿ ਕਦੀ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਵੀ ਹੋਏਗਾ ਕਾਫੀ ਟਾਈਮ ਤੋਂ ਮੇਰਾ ਐਨਸੀ ਵਿਆਹ ਸੀਗਾ ਅਪ੍ਰੈਲ 'ਚ ਬੇਟੇ ਦਾ ਵਿਆਹ ਕੀਤਾ ਉਹਦੇ ਲਈ ਮੈਂ ਸਮਾਨ ਲੋਕਰ 'ਚ ਕਢਵਾਇਆ ਸੀ ਅਤੇ ਹਰ ਰੋਜ਼ ਇਹੀ ਸੋਚਦੀ ਸੀ ਵੀ ਮੈਂ ਸਵੇਰੇ ਜਮ੍ਹਾਂ ਕਰਵਾ ਕੇ ਆਊਂਗੀ ਪਰ ਆਫਿਸ ਦੀ ਛੁੱਟੀ ਨਹੀਂ ਮਿਲਣ ਕਰਕੇ ਮੈਂ ਨਹੀਂ ਜਾ ਪਾਈ ਅਤੇ ਉਹ ਐਜ਼ ਘਰੇ ਪਿਆ ਸੀਗਾ ਸਾਰਾ ਸਮਾਨ ਨਹੀਂ ਕੈਸ਼ ਕੋਈ ਨਹੀਂ ਸੀਗਾ ਘਰ ਅਤੇ ਅੱਜ ਸਵੇਰੇ ਮੈਂ ਅਤੇ ਮੇਰੇ ਵਾਈਫ 9:30 ਵਜੇ ਅਸੀਂ ਆਪਣੇ ਆਫਿਸ ਵਾਸਤੇ ਗਏ ਜੋ ਸਾਡੀ ਡੇਲੀ ਦੀ ਰੂਟੀਨ ਆ ਅਤੇ ਅਸੀਂ ਸ਼ਾਮ 5:30 ਘਰੇ ਪਹੁੰਚੇ ਹਾਂ ਅਤੇ ਉਦੋਂ ਅਜੇ ਅਸੀਂ ਘਰ ਦੇ ਕੋਲ ਹੀ ਸੀਗੇ ਅਤੇ ਮੈਨੂੰ ਮੇਰੇ ਮਦਰ ਦਾ ਫੋਨ ਆਇਆ ਕਿ ਵੀ ਘਰੇ ਆਓ ਜਲਦੀ ਵੀ ਘਰੇ ਇੱਦਾਂ ਚੋਰੀ ਹੋ ਗਿਆ ਅਤੇ ਫਿਰ ਅਸੀਂ ਉਦੋਂ ਘਰ ਦੇ ਅੰਦਰ ਆ ਕੇ ਵੇਖਿਆ ਅਤੇ ਘਰ ਦੇ ਅੰਦਰ 3 ਅਲਮਾਰੀਆਂ ਖੁੱਲ੍ਹੀਆਂ ਪਈਆਂ ਸੀ ਸਾਰੀਆਂ ਅਲਮਾਰੀਆਂ ਦੇ ਵਿੱਚ ਖਲਾਰਾ ਕਾਫੀ ਬਾਹਰ ਪਿਆ ਹੋਇਆ ਸੀ ਅਤੇ ਅਸੀਂ ਫਿਰ ਉੱਦਾਂ ਹੀ ਐਜ਼ ਇਟ ਇਜ਼ ਇੱਕਦਮ ਬਹੁਤ ਜ਼ਿਆਦਾ ਘਬਰਾ ਗਏ ਗੋਲਡ ਵਗੈਰਾ ਕਾਫੀ ਸੀ ਵਿੱਚ ਅਤੇ ਇੱਕ ਸੋਨੇ ਦਾ ਸੈੱਟ ਅਤੇ 3 ਚੂੜੀਆਂ ਹੈਗੇ ਐਂਡ ਉਹਦੇ ਇਲਾਵਾ ਝੁਮਕੇ ਵਗੈਰਾ ਕੁਛ ਹੈਗੇ ਨੇ ਜਿਹੜੇ ਕਿ ਇੱਥੋਂ ਚੁੱਕੇ ਗਏ ਅਤੇ ਉਸ ਤੋਂ ਬਾਅਦ ਅਸੀਂ CCTVs ਵਗੈਰਾ ਸਰਚ ਕੀਤੇ ਨਾਲ ਦੇ ਪੜੋਸੀਆਂ ਦੇ ਉਹਨਾਂ ਦੇ ਵਿੱਚ ਇੱਕ ਬੰਦਾ ਅਸੀਂ ਵੇਖਿਆ ਸਵੇਰੇ 11 ਵਜੇ ਦੇ ਕਰੀਬ 11:10 ਦੇ ਕਰੀਬ ਜਿਹੜਾ ਕਿ ਗੇਟ ਟੱਪਿਆ ਅਤੇ 11:50 ਤੱਕ ਉਹ ਅੰਦਰ ਰਿਹਾ ਅਤੇ 11:50 ਤੇ ਫਿਰ ਉਹ ਗੇਟ ਤੋਂ ਬਾਹਰ ਆ ਕੇ ਅਤੇ ਫਿਰ ਉਸ ਤੋਂ ਬਾਅਦ ਚਲਾ ਗਿਆ ਆਪਣੇ ਰਸਤੇ ਪਿੱਛੇ ਨੂੰ ਅਤੇ ਅਸੀਂ ਉਸ ਤੋਂ ਬਾਅਦ ਫਿਰ ਪੁਲਿਸ ਕੋਲ ਗਏ ਹਾਂ ਜਿਹੜਾ ਸਾਨੂੰ ਥਾਣਾ ਪੈਂਦਾ ਅਰਬਨ ਸਟੇਟ ਅਤੇ ਉੱਥੇ ਜਾ ਕੇ ਅਸੀਂ ਐਪਲੀਕੇਸ਼ਨ ਲਿਖਵਾਈ ਆ ਅਤੇ ਉਹ ਵੀ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਫਿਰ ਸਮਾਨ ਹੁਣ ਜਿਹੜਾ ਮਤਲਬ ਚਲਾ ਗਿਆ ਉਹ ਤਾਂ ਗਿਆ ਫਿਲਹਾਲ ਚੱਕ ਦਿਉ ਜਿਹੜਾ ਸਮਾਨ ਹੈਗਾ ਅਤੇ ਬਾਕੀ ਫਿਰ ਅਸੀਂ ਕਹਿੰਦੇ ਵੀ ਸਵੇਰੇ ਆਵਾਂਗੇ ਪਰ ਹੁਣ ਅਸੀਂ ਥੋੜ੍ਹੀ ਦੇਰ ਪਹਿਲਾਂ ਹੀ ਉਹ ਸਾਡੇ ਕੋਲ ਆਏ ਨੇ ਤਾਂ ਕਿ ਫੋਟੋਜ਼ ਵਗੈਰਾ ਖਿੱਚ ਕੇ ਲੈ ਗਏ ਨੇ ਅਤੇ ਵੀਡੀਓਜ਼ ਵਗੈਰਾ ਬਣਾ ਕੇ ਲੈ ਗਏ ਆ ਸੋ ਮਤਲਬ ਅਸੀਂ ਬਸ ਇਸ ਗੱਲ ਤੋਂ ਹੈਰਾਨ ਹਾਂ ਕਿ ਸਾਡੀ ਡੇਲੀ ਦੀ ਰੂਟੀਨ ਆਹੀ ਸੀ ਕਾਫੀ ਟਾਈਮ ਤੋਂ ਇਹੀ ਚੱਲ ਰਹੀ ਆ ਸੋ ਹੋ ਸਕਦਾ ਵੀ ਕਿਸੇ ਨੂੰ ਪਤਾ ਹੀ ਹੋਵੇ ਜਿਹਨੇ ਆਹ ਚੀਜ਼ ਮਤਲਬ ਕੀਤੀ ਕਿਸੇ ਨੂੰ ਪਤਾ ਹੀ ਹੋਊਗਾ ਵੀ ਘਰੇ ਨਹੀਂ ਹੈਗੇ ਕੋਈ ਨਹੀਂ ਪਹਿਚਾਨ ਨਹੀਂ ਆਈ ਕਿਉਂਕਿ ਉਹਨੇ ਗਲੀ ਦੇ ਮੋੜ ਤੇ ਉਹਨੇ ਮੂੰਹ ਲਪੇਟ ਲਿਆ ਲੋਈ ਲਈ ਹੋਈ ਸੀ ਉਹਨੇ ਬਰਾਊਨ ਕਲਰ ਦੀ ਲੰਬਾ ਜਿਹਾ ਕੋਈ ਬੰਦਾ ਕਾਲਾ ਜਿਹਾ ਐਂਡ ਲੰਗੜਾ ਕੇ ਤੁਰਦਾ ਥੋੜ੍ਹਾ ਜਿਹਾ ਅਤੇ ਉਹਨੇ ਮੂੰਹ 'ਤੇ ਲੋਈ ਲਪੇਟੀ ਦੀ ਸੀ ਸੋ ਇਸ ਕਰਕੇ ਉਹਦੀ ਪਹਿਚਾਨ ਨਹੀਂ ਹੋ ਪਾਈ ਚੋਰੀ ਅਸੀਂ ਚੌਂਕੀ ਸੀ ਸਾਨੂੰ ਫੋਨ ਇੱਕ ਆਇਆ ਵੀ ਅਸਲੀ ਗੇਟ ਦੇ ਬਾਹਰ ਬਾਰ ਦੁਆ ਦਾਸ ਦਾ ਮੰਦਰ ਪੈਂਦਾ ਉੱਥੇ ਚੋਰੀ ਹੋਈ ਆ ਮੌਕੇ 'ਤੇ ਆਏ ਹਾਂ ਆ ਕੇ ਚੈੱਕ ਕੀਤਾ ਹੈ ਕੁਝ ਸਮਾਨ ਬਚ ਗਿਆ ਕੁਝ ਹਵਰਦਾ ਵਿੱਚ ਲੈ ਗਏ ਆ ਉਹ ਬਾਕੀ ਕੈਮਰੇ ਚੈੱਕ ਕਰਦੇ ਆ CCTV ਜੋ ਵੀ ਇਹ ਕੈਮਰੇ 'ਚ ਆਏਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਾਕੀ ਇਹ ਜਿਹੜਾ ਪਰਿਵਾਰ ਆ ਸਾਰਾ ਸਰਵਿਸ ਕਰਦਾ ਸੀ ਬਾਹਰੋਂ ਤਾਲਾ ਲੱਗਾ ਸੀ ਇਹਨਾਂ ਦੇ ਗੇਟ ਟੱਪ ਕੇ ਅਤੇ ਉਹਨੇ ਚੋਰੀ ਕੀਤੀ ਸੈਕਸ ਨੇ ਦੱਸਦੇ ਆ ਬਾਕੀ ਅੱਗੇ ਜੋ ਵੀ ਸਾਹਮਣੇ ਆਏਗਾ ਕਾਨੂੰਨੀ ਕਾਰਵਾਈ ਹੋਏਗੀ ਨਹੀਂ ਅਜੇ ਉਹ ਦੱਸਦੇ ਸਾਨੂੰ ਸ਼ੱਕ ਨਹੀਂ ਕਿਸੇ 'ਤੇ ਇਹ ਤਾਂ ਕੈਮਰਿਆਂ 'ਤੇ ਹੀ ਪਤਾ ਲੱਗੇਗਾ ਹੁਣ